आत्मन सिंह ਬਮਾਰ ਦੇ ਵਿਚਾਰ ਕੁਝ ਲੋਕ ਸੱਚ ਰੂਪੀ ਚੰਨ ਨੂੰ ਫੁਲਕਾਰੀ ਵਿੱਚ ਛੁਪਾਉਣ ਦਾ ਅਜਿਹਾ ਗੈਰ ਕੁਦਰਤੀ ਢੰਗ ਤਰੀਕਾ ਅਪਣਾਉਣ ਦਾ ਯਤਨ ਕਰਦੇ ਹਨ ਪਰੰਤੂ ਅਜਿਹਾ ਕਦੀ ਵੀ ਸੰਭਵ ਨਹੀਂ ਹੁੰਦਾ ਕਿਉਂਕਿ ਫੁਲਕਾਰੀ ਦੀ ਤਾਂ ਕਈ ਵਾਰ ਸੰਗਣੇ ਬਦਲਾਂ ਦੀ ਔਕਾਤ ਵੀ ਅਜਿਹਾ ਕਰ ਸਕਣ ਚਾਮ ਤੌਰ ਤੇ ਅਸਫਲ ਹੀ ਸਾਬਤ ਹੁੰਦੀ ਹੈ ਧੰਨਵਾਦ